ਗੱਲ ਪੁੱਛਾਂ? ਇੱਕ ਨਹੀਂ ਖੰਡ ਦੋ ਪੁੱਛਾਂ। ਜੇ ਮੇਰੇ ਘਰ ਦੇ ਨਾਲ ਮੇਰਾ ਵਿਆਹ ਕਿਤੇ ਹੋਰ ਕਰਤਾ ਤੂੰ ਕੀ ਕਰੇਂਗਾ? ਆਪਾਂ ਤਾਂ ਜਾਣੇ ਦੇ ਦਿੰਦੇ ਆ। ਐਵੇਂ ਨਾ ਕਹਿ, ਮੈਂ ਨਾ ਕਹਾਂ, ਮੇਰੇ ਤਾਂ ਸਾਹ ਹੀ ਤੇਰੇ ਨਾਲ ਚੱਲਦੇ, ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ। ਮੇਰੇ ਘਰ ਦੇ ਨਾ ਨਸ਼ੇ ਦੇ ਖਿਲਾਫ ਨੇ, ਤੂੰ ਤਾਂ ਨਹੀਂ ਕੋਈ ਨਸ਼ਾ ਪੱਤਾ ਕਰਦਾ? ਨਾ ਨਾ, ਨਸ਼ਾ ਕਰਨਾ ਤਾਂ ਬਹੁਤ ਦੂਰ ਆ, ਆਪਾਂ ਲਵੇ ਵੀ ਨਹੀਂ ਖੜਦੇ ਨਸ਼ੇ ਦੇ। ਮੈਨੂੰ ਤੇਰੇ 'ਤੇ ਮਾਣ। ਨਾ ਨਾ, ਤੈਨੂੰ ਕਿਹਨੇ ਕਹਿਤਾ? ਬਹੁਤ ਟਾਈਮ ਹੋ ਗਿਆ, ਮੰਮਾ ਦੇਖਦੇ ਹੋਣਗੇ, ਕੱਲ ਨੂੰ ਮਿਲਦੇ ਆ। ਚੱਲ ਚੱਲੀਏ ਫਿਰ।
ਮੁਸਕਾਨ ਕੌਣ ਹੈ ਮੁੰਡਾ ਤੇ ਇੱਥੇ ਤੂੰ ਮੈਨੂੰ ਕਾਹਦੇ ਲਈ ਰੋਕਿਆ? ਦੀਦੀ ਉਹ ਵੀ ਮੁੰਡਾ ਜਿਹਨੂੰ ਮੈਂ ਪਿਆਰ ਕਰਦੀ, ਜਿਹਦੇ ਪਿੱਛੇ ਆਪਣਾ ਘਰ ਬਾਰ ਛੱਡ ਕੇ ਆਈ ਹੈਗੀ। ਇਹਦੇ ਨਾਲ ਵਿਆਹ ਕਰਾਉਣਾ ਸੀਗਾ। ਤੂੰ ਇਸ ਮੁੰਡੇ ਪਿੱਛੇ ਆਪਣਾ ਘਰ ਬਾਰ ਛੱਡਿਆ ਇਹਦੇ ਲਈ, ਜਿਹਨੂੰ ਆਪਣੇ ਆਪ ਦਾ ਨਹੀਂ ਪਤਾ ਹੈਗਾ। ਲੱਭਿਆ ਤੂੰ ਇਹਦੇ ਨਾਲ ਭੱਜ ਕੇ ਵਿਆਹ ਕਰਵਾ ਰਹੀ ਸੀ, ਜਿਸ ਬੰਦੇ ਨੂੰ ਆਪਣੀ ਕੱਲ ਦੀ ਕਹੀ ਗੱਲ ਯਾਦ ਨਹੀਂ, ਉਹ ਕੱਲ ਤੈਨੂੰ ਵੀ ਭੁੱਲ ਸਕਦਾ। ਤੁਹਾਡੇ ਅੱਜ ਕੱਲ ਦੇ ਯੁੱਧ ਦੀ ਇਹੀ ਤਾਂ ਪ੍ਰੋਬਲਮ ਆ, ਸੋਚਦੇ ਕੁਝ ਨਹੀਂ, ਬਸ ਮੈਂ ਮਰ ਜਾਊਂ ਉਹਦੇ ਪਿੱਛੇ ਮੈਂ ਰਹਿ ਨਹੀਂ ਸਕਦੀ। ਉਹ ਮੈਂ ਉਹਨੂੰ ਪਿਆਰ ਕਰਦੀ ਹਾਂ, ਮੈਂ ਉਸ ਨਾਲ ਵੀ ਰਹਿ ਸਕਦੀ ਹਾਂ, ਇੱਕੋ ਗੱਲ ਬਸ। ਯਾਰ ਪਿਆਰ ਨਾਲ ਕਦੇ ਵੀ ਢਿੱਡ ਨਹੀਂ ਭਰਦਾ। ਯਾਰ ਤੁਸੀਂ ਲੋਕ ਕਿਉਂ ਨਹੀਂ ਸੋਚਦੇ ਕਿ ਰੱਬ ਨੇ ਸਾਨੂੰ ਸਭ ਤੋਂ ਉੱਪਰ ਦਿਮਾਗ ਕਿਉਂ ਦਿੱਤਾ, ਕਿ ਅਸੀਂ ਸਭ ਤੋਂ ਪਹਿਲਾਂ ਦਿਮਾਗ ਨਾਲ ਕੰਮ ਲਈਏ, ਫਿਰ ਅੱਖਾਂ ਨਾਲ ਮਾੜਾ ਚੰਗਾ ਪਰਖ ਲਈਏ, ਫਿਰ ਕੋਈ ਕਦਮ ਪੱਟੀਏ। ਤੁਸੀਂ ਤਾਂ ਬਸ, ਤੁਹਾਡਾ ਪੜ੍ਹੇ ਲਿਖੇ ਹੋਣ ਦਾ ਫਾਇਦਾ ਹੀ ਕੀ ਹੈ? ਤੁਸੀਂ ਆਹ ਬੇਵਕੂਫਾਂ ਵਾਲੀ ਹਰਕਤਾਂ ਕਿਉਂ ਕਰਦੇ ਹੋ? ਪਿਆਰ ਕਰਨਾ ਜਾਂ ਮਨ ਮਰਜ਼ੀ ਨਾਲ ਵਿਆਹ ਕਰਾਉਣਾ ਕੋਈ ਗਲਤ ਕੰਮ ਨਹੀਂ, ਪਰ ਅੱਖਾਂ 'ਤੇ ਪਰਦਾ ਪਾ ਕੇ ਕਰਾਉਣਾ ਬਹੁਤ ਮਾੜਾ। ਉਹ ਯਾਰ ਜਾਨਵਰ ਵੀ ਆਣਾ ਬਣਾਉਣ ਲਈ ਸਹੀ ਟਾਹਣੀ ਚੁਣਦੇ ਨੇ, ਅਤੇ ਤੁਸੀਂ ਸਮਝਦਾਰ ਅਤੇ ਪੜ੍ਹੇ ਲਿਖੇ ਹੋ ਕੇ ਵੀ ਗਲਤ ਇਨਸਾਨ ਕਿਵੇਂ ਚੁਣ ਸਕਦੇ ਹੋ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਯਾਰ ਜਿਹੜੇ ਬੰਦੇ ਨੂੰ ਖੁਦ ਉਹਨੂੰ ਚੱਲਣ ਫਿਰਨ ਦਾ ਨਹੀਂ ਪਤਾ, ਉਹਨੂੰ ਇਹ ਨਹੀਂ ਪਤਾ ਕਿ ਜ਼ਿੰਦਗੀ ਕਿਵੇਂ ਦੀ ਲੰਘਾਉਣੀ ਆ, ਤੂੰ ਉਹ ਬੰਦਾ ਚੁਣਿਆ? ਤੂੰ ਆਪਣੇ ਘਰਦਿਆਂ ਨੂੰ ਧੋਖਾ ਦੇ ਰਹੀ ਹੈ ਕਿਹਦੇ ਲਈ? ਇਸ ਇਨਸਾਨ ਲਈ ਜਿਹਨੂੰ ਇਹ ਨਹੀਂ ਪਤਾ ਕਿ ਵੀ ਮੈਂ ਮੀਨਸ ਕਿ ਨਸ਼ਾ ਪੱਤਾ ਕਰਕੇ ਕਿੱਥੇ ਪਿਆ ਕਿੱਥੇ ਨਹੀਂ, ਉਹ ਆਪਣਾ ਖਰਚਾ ਨਹੀਂ ਚੱਕ ਸਕਦਾ, ਤੇਰਾ ਕਿਵੇਂ ਚੱਕੂਗਾ? ਤੂੰ ਮੈਨੂੰ ਆਪ ਹੀ ਦੱਸ। ਸੋਰੀ ਦੀ ਕੋਈ ਗੱਲ ਨਹੀਂ, ਬਟ ਮੈਂ ਚਲੋ ਤੁਸੀਂ ਮੈਨੂੰ ਦੱਸਤਾ, ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਤੈਨੂੰ ਪਹਿਲਾਂ ਹੀ ਪਤਾ ਲੱਗ ਗਿਆ, ਪਰ ਅੱਗੇ ਤੋਂ ਕਦੇ ਵੀ ਧਿਆਨ ਰੱਖੀ ਇਸ ਗੱਲ ਦਾ ਕਿ ਤੂੰ ਐਵੇਂ ਦੀ ਹਰਕਤ ਨਾ ਕਰੇ। ਕੋਈ ਨਹੀਂ, ਦੇਖ ਮੇਰਾ ਫਰਜ਼ ਸੀ ਤੈਨੂੰ ਸਮਝਾਉਣਾ, ਠੀਕ ਹੈ? ਤੂੰ ਸਹੀ ਰਾਸਤੇ 'ਤੇ ਚੱਲੇਂਗੀ। ਦੇਖ ਮੈਂ ਇਹ ਨਹੀਂ ਕਹਿੰਦੀ ਕਿ ਤੂੰ ਪਿਆਰ ਨਾ ਕਰ, ਯਾਰ ਕਰ, ਹਰ ਕੋਈ ਕਰਦਾ, ਬਟ ਕਿਸੇ ਸਹੀ ਇਨਸਾਨ ਨੂੰ ਚੁਣ ਜੋ ਕਿ ਤੁਹਾਡੇ ਕਾਬਿਲ ਹੋਵੇ, ਨਾ ਕਿ ਇਹ ਕਿ ਤੁਸੀਂ ਜਿਹਨੂੰ ਦੇਖਿਆ ਕਿ ਹਾਂ ਦੇਖ ਲਿਆ ਅਤੇ ਅਸੀਂ ਉਹਦੇ 'ਤੇ ਫਿਟ ਹੋ ਗਏ, ਪਿਆਰ ਹੋ ਗਿਆ, ਤਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਧਿਆਨ। ਸੋਰੀ, ਚੱਲ ਆ ਜਾ, ਕੱਲ੍ਹ ਚੱਲਦਾ। ਕਦੇ ਵੀ ਨਾ ਮੁਸਕਾਨ ਆਪਣੇ ਮਾਂ ਬਾਪ ਦੇ ਕਿਸੇ ਵੀ ਮੁੰਡੇ ਪਿੱਛੇ ਲੱਗ ਕੇ ਨਾ ਆਪਣੇ ਮਾਂ ਬਾਪ ਨੂੰ ਮਾਰੋ, ਠੀਕ ਹੈ ਨਾ? ਐਦਾਂ ਮੁਸਕਾਨ ਇੱਥੇ ਬੈਠ ਜਾ, ਤੇ ਮੈਂ ਤੇਰੇ ਲਈ ਪਾਣੀ ਲੈ ਕੇ ਆਉਂਦੀ, ਠੀਕ ਹੈ? ਉਹਨਾਂ ਨੇ ਕਿਹਾ ਕਿ ਜਲਦੀ ਹੁਣੀ ਆ ਜਾਓ, ਠੀਕ ਹੈ?